ਘੋੜੀਆਂ ਰੱਖਣ ਦੇ 34 ਚੈਨਲ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਦਾ ਸਵਾਗਤ ਹੈ ਦੋਸਤੋ ਜਿਹੜਾ ਘੋੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਆ ਗਵਿੰਦਾ ਘੋੜਾ ਇੱਕ ਗਵਿੰਦਾ ਤਾਂ ਜਿਹਦੀ ਫਿਲਮਾਂ ਦੇ ਵਿੱਚ ਫੁੱਲ ਚੜਾਈਆ ਤੇ ਦੂਜਾ ਇਹ ਗਵਿੰਦਾ ਜਿਹਦੀ ਘੋੜਿਆਂ ਦੇ ਵਿੱਚ ਫੁੱਲ ਚੜਾਈ ਨਵੇਂ ਬੰਦੇ ਬਹੁਤ ਘੱਟ ਜਾਣਦੇ ਨੇ ਪਰ ਪੁਰਾਣੇ ਨੇ ਜਿਹੜੇ ਘੋੜੀਆਂ ਦੇ ਵਿੱਚ ਉਹਨਾਂ ਨੂੰ ਸਭ ਨੂੰ ਪਤਾ ਇਸ ਘੋੜੇ ਬਾਰੇ ਸੋ ਦੋਸਤੋ ਗੱਲ ਐਂਉਂ ਸਟਾਰਟ ਹੋਈ ਅਸੀਂ ਘੋੜੀਆਂ ਲੈਣ ਇੱਧਰ ਉੱਧਰ ਆਉਂਦੇ ਜਾਂਦੇ ਰਹਿੰਨੇ ਆ ਖਰੀਦਣ ਲਈ ਇੱਕ ਦੋ ਵਾਰ ਸਾਨੂੰ ਇਹਦੇ ਬੱਚੇ ਦੇਖਣ ਨੂੰ ਮਿਲੇ ਬਹੁਤ ਹੀ ਜ਼ਿਆਦਾ ਸ਼ਕੀਨ ਜਦੋਂ ਅਸੀਂ ਅੱਗੇੋਂ ਪੁੱਛਣਾ ਮਾਲਕਾਂ ਨੂੰ ਵੀ ਭਾਈ ਜੀ ਕਿਹੜੇ ਘੋੜੇ ਦਾ ਬੱਚਾ ਏ ਤਾਂ ਅਗਲੇ ਨੇ ਕਹਿਣਾ ਗੋਵਿੰਦੇ ਦਾ ਤਾਂ ਅਸੀਂ ਕੋੜਾ ਦੇਖਿਆ ਨਹੀਂ ਸੀਗਾ ਕਦੇ ਤੇ ਨੈੱਟ ਤੇ ਸਰਚ ਸੌਸ ਚ ਮਾਰੀ ਵੀ ਗੋਵਿੰਦਾ ਕੋੜਾ ਆਖਰਸ਼ਹਿ ਕੀ ਆ ਹੈਗਾ ਕਿ ਹੈ ਜੀ ਆ ਦੇਖਣ ਨੂੰ ਵੀ ਜਿਹੜਾ ਇੰਨੇ ਟੌਪ ਦੇ ਬੱਚੇ ਜੰਮਦਾ ਤਾਂ ਨੈੱਟ ਉੱਤੇ ਤਾਂ ਕੋਈ ਵੀਡੀਓ ਸਾਨੂੰ ਮਿਲੀ ਨਹੀਂ ਤੇ ਇੱਕ ਸੱਜਣ ਮਿੱਤਰ ਤੋਂ ਪਤਾ ਲੱਗਿਆ ਵੀ ਜਦੋਂ ਆਪਾਂ ਕੋਟਕਪੂਰੇ ਤੋਂ ਮੁਕ ਮੁਕਸਰ ਸਾਹਿਬ ਨੂੰ ਜਾਣਦੇ ਆ ਕੋਟਕਪੂਰੇ ਤੋਂ ਮੁਕਸਰ ਨੂੰ ਤਾ ਅੱਗੇ ਖੱਬੇ ਹੱਥ ਪਿੰਡਾ ਬਾੜਾ ਡੜਕਾ ਕੋਟ ਕਬੂਰੇ ਤੋਂ ਅੱਗੇ ਤੇ ਉੱਥੇ ਬਾਈ ਜਸਵਿੰਦਰ ਆ ਉਹਦੇ ਕੋਲ ਘੋੜਾ ਏ ਤੇ ਅਸੀਂ ਪਹੁੰਚ ਗਏ ਫਿਰ ਦੇਖਣਾ ਸੋ ਦੋਸਤੋ ਇਹ ਆ ਗੋਵਿੰਦਾ ਘੋੜਾ ਵੀਡੀਓ ਅਸੀਂ ਜਿੱਦਾਂ ਹੁੰਦੀ ਆ ਸਿੰਪਲ ਗਰਾਊਂਡ ਲੈਵਲ ਤੇ ਬਣਾਈ ਆ ਐਵੇਂ ਨਹੀਂ ਵੀ ਘੋੜੇ ਨੂੰ ਉੱਚੀ ਜਗ੍ਹਾ ਖੜਾ ਕੇ ਸ਼ੋਲਡਰ ਪਾ ਕੇ ਠੀਕ ਆ ਨਾ ਆਪ ਨੀਵੀਂ ਜਗ੍ਹਾ ਹੋਗੇ ਵੀ ਉੱਚਾ ਦਿਖੇ ਨਾ ਜਿੰਨਾ ਘੋੜਾ ਦਿਖਦਾ ਉਹਦੇ ਨਾਲੋਂ ਕਿਤੇ ਜ਼ਿਆਦਾ ਸੋਹਣਾ ਤੁਹਾਨੂੰ ਦੇਖਣ ਨੂੰ ਲੱਗੂਗਾ ਜਦੋਂ ਤੁਸੀਂ ਜਾਓਗੇ ਤੇ ਇਹਦੀ ਸਟੱਡ ਸਰਵਿਸ ਚਾਲੂ ਆ ਤੇ ਇਹਦੇ ਬੱਚੇ ਵੀ ਤੁਹਾਨੂੰ ਦਿਖਾਵਾਂਗੇ ਜ਼ਰੂਰ ਇਸੇ ਵੀਡੀਓ ਦੇ ਵਿੱਚ ਜਿਹੜੇ ਬਾਈ ਜਸਵਿੰਦਰ ਕੋਲ ਆ ਇੱਕ ਤਾਂ ਆ ਬਚੇਰਾ ਬਾਈ ਬਚੇਰਾ ਹੋਊਗਾ ਇਹ 17-18 ਮਹੀਨਿਆਂ ਦਾ ਪੰਜ ਗੱਲਿਆਣਾ ਮੱਥੇ ਪਟਾ ਦੇਖੋ ਚਾਰੇ ਪੈਰ ਪਿਛਲੇ ਦੋਏ ਬਰਾਬਰ ਮੁਰਲੇ ਦੋਏ ਬਰਾਬਰ ਤੇ ਮੱਥੇ ਪਟਾ ਤਾਂ ਜ਼ਿਆਦਾਤਰ ਇਹਦੇ ਮੱਥੇ ਪਟਾ ਹੀ ਹੁੰਦਾ ਇਹਦੇ ਬੱਚਿਆਂ ਦੇ ਤੇ ਕੰਨਾਂ ਦੀਆਂ ਕੁੰਡੀਆਂ ਬਈ ਬਹੁਤ ਜ਼ਿਆਦਾ ਸ਼ਕੀਨ ਬੱਚੇ ਜੰਮਦਾ ਤੇ ਇਹ ਦੇਖ ਲਓ ਤੁਸੀਂ ਜਿਹੜਾ ਇਹਦਾ ਬਿਛੇਰਾ ਹੈ ਤੇ ਕੰਨਾਂ ਨੂੰ ਕੁੰਡੀਆਂ ਚਾਰੇ ਪੈਰ ਚਿੱਟੇ ਨੇ ਬਾਈ ਜਸਵਿੰਦਰ ਤਾਂ ਕਿਤੇ ਗਿਆ ਹੋਇਆ ਸੀਗਾ ਬਾਹਰ ਕੰਮ ਤੇ ਤੇ ਬਾਈ ਦਾ ਬੇਟਾ ਤੇ ਉਹਦਾ ਇੱਕ ਜਿਹੜਾ ਘੋੜਿਆਂ ਦੀ ਦੇਖ ਦੇਖਰੇਖ ਕਰਦਾ ਉਹ ਮੁੰਡੇ ਨੇ ਉਹ ਦਿਖਾਏ ਆ ਦੇਖੋ ਤੁਸੀਂ ਬਿਛੇਰਾ ਕੰਨਾਂ ਨੂੰ ਕੁੰਡੀਆਂ ਇਹਦੇ ਬਾਈ ਤੁਸੀਂ ਜਿੰਨੇ ਵੀ ਬੱਚੇ ਦੇਖੋਗੇ ਨਾ ਇੱਕ ਤੇ ਇੱਕ ਚੜਤਾ ਸੋ ਜੇਕਰ ਕੋਈ ਵੀ ਵੀਰ ਕੁੜੀ ਕਰਾਸ ਕਰਾਉਣੀ ਚਾਹੁੰਦਾ ਤਾਂ ਬਾਈ ਦਾ ਨੰਬਰ ਆ WhatsApp ਨੰਬਰ ਜਸਵਿੰਦਰ ਬਾਈ ਦਾ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਨੀਚੇ ਵਾਲੇ ਪਾਸੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜਸਵਿੰਦਰ ਦੇ ਨਾਲ ਤੇ ਇੱਕ ਨਾ ਤੁਹਾਨੂੰ ਇਹਦੀ ਆਪਾਂ ਬੱਚੀ ਦਿਖਾਉਨੇ ਆ ਇਹ ਤਾਂ ਹੈਗਾ ਬਿਛੇਰਾ ਤੇ ਦੂਜੀ ਇੱਕ ਬਿਛੇਰੀ ਵੀ ਬਾਈ ਦੇ ਕੋਲੇ ਖੜੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਆ ਦੇਖਿਓ ਇਹ ਤਾਂ ਬਸ਼ੇਰਾ ਹੀ ਆ ਇਹਨੂੰ ਮੁੰਡਾ ਲੱਗਿਆ ਹੁਣ ਅੰਦਰ ਕਰਨ ਬਾਹਰ ਕੱਢ ਕੇ ਦਿਖਾਇਆ ਸੀਗਾ ਤੇ ਆ ਉਰਲੇ ਪਾਸੇ ਇੱਕ ਛੋਟੀ ਬੱਚੀ ਹੋਊਗੀ ਦੇਖਿਓ ਤੁਸੀਂ ਇਹ ਆ ਬੱਚੀ ਆ ਬੱਚੀ ਵੀ ਗੋਬਿੰਦੇ ਘੋੜੇ ਦੀ ਉਹ ਆ ਦੇਖੋ ਤੁਸੀਂ ਕਰਨ ਦੇਖੋ ਮੱਥੇ ਪਟਾਏ ਇਹਦੇ ਦੋ ਪੈਰ ਚਿੱਟੇ ਨੇ ਪਿਛਲੇ ਜ਼ਿਆਦਾਤਰ ਮਾਰਕਿੰਗ ਇਹੀ ਆਉਂਦੀ ਆ ਸੋ ਧੰਨਵਾਦ ਦੋਸਤੋ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ